ਸਰਗੁਣ ਪੁੱਤਰ ਉਰਾਂ ਆਈ ਜਰਾ। ਪੁੱਤਰ ਬੀਬੀ ਜੀ ਬੜੇ ਗੁੱਸੇ ਚ ਨੇ, ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ, ਪਰ ਤੂੰ ਬਿਲਕੁਲ ਨਹੀਂ ਡਰਨਾ। ਚੰਗਾ, ਇਸ ਵੇਲੇ ਇਸ ਪਰਿਵਾਰ ਨੂੰ ਤੇਰੀ ਸਭ ਤੋਂ ਜ਼ਿਆਦਾ ਲੋੜ ਹੈ। ਤੂੰ ਸਾਰਿਆਂ ਦਾ ਧਿਆਨ ਰੱਖਣਾ। ਜਿਹੜਾ ਬਲੀਦਾਨ ਤੂੰ ਇਸ ਪਰਿਵਾਰ ਨੂੰ ਬਿਖਰਨ ਤੋਂ ਬਚਾਉਣ ਲਈ ਕਰਨ ਵਾਲੀ ਸੀ, ਉਹਦੀ ਅਸਲੀ ਪ੍ਰੀਖਿਆ ਹੋਣ ਸ਼ੁਰੂ ਹੋਊਗੀ। ਮੰਮੀ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਸਭ ਸਾਂਭਲਾਂਗੀ। ਪੁੱਤਰ, ਫਿਕਰ ਕਿਵੇਂ ਨਾ ਕਰਾਂ, ਤੂੰ ਵੇਖਿਆ ਨੀ ਬੀਬੀ ਜੀ ਕਿੰਨੇ ਗੁੱਸੇ ਚ ਨੇ, ਤੇਰੇ ਤੇ ਕਿੰਨਾ ਨਾਰਾਜ਼ ਹੋ ਰਹੇ ਨੇ। ਉਹ ਤਾਂ ਇਹ ਸਭ ਦਾ ਕਸੂਰਵਾਰ ਤੈਨੂੰ ਮੰਨਦੇ ਨੇ ਨਾ। ਪਰ ਪੁੱਤਰ, ਤੂੰ ਬਿਲਕੁਲ ਕਮਜ਼ੋਰ ਨਾ ਹੋਈ। ਇਸ ਪਰਿਵਾਰ ਨੂੰ ਪਹਿਲੇ ਵਰਗਾ ਕਰਨਾ ਹੁਣ ਤੇਰਾ ਕੰਮ ਹੈ। ਘਰ ਦੇ ਵੱਡੇ ਜਦੋਂ ਗਲਤ ਫੈਸਲੇ ਲੈਣ ਲੱਗ ਪੈਣ ਨਾ, ਉਦੋਂ ਛੋਟਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਗਲਤ ਕਰਨ ਤੋਂ ਰੋਕਣ। ਮੰਮੀ ਜੀ, ਮੈਂ ਆਪਣੀ ਹਰ ਪ੍ਰੀਖਿਆ ਦੇਣ ਵਾਸਤੇ ਤਿਆਰ ਹਾਂ। ਮੈਂ ਬੀਬੀ ਜੀ ਤੇ ਰੂਪ ਦੀਦੀ ਨੂੰ ਇੱਕ ਕਰਵਾ ਕੇ ਰਵਾਂਗੀ। ਅੱਛਾ, ਇਹ ਸਭ ਛੱਡੋ, ਸਾਨਵੀ ਦੀਦੀ ਤੇ ਸੁਹਾਨੀ ਤੁਹਾਡੀ ਰਾਹ ਵੇਖਦੇ ਹੋਣਗੇ। ਰਾਤ ਬਹੁਤ ਹੋ ਗਈ ਹੈ, ਹੁਣ ਤੁਸੀਂ ਘਰੇ ਜਾਓ। ਚੱਲ ਚੰਗਾ, ਮੈਂ ਚੱਲਦੀ ਹਾਂ, ਤੂੰ ਆਪਣਾ ਧਿਆਨ ਰੱਖੀ। ਚੰਗਾ ਭਾਈ ਸਾਹਿਬ, ਤੁਸੀਂ ਸਾਰੇ ਜਾਣੇ ਵੀ ਹੁਣ ਆਪਣਾ ਧਿਆਨ ਰੱਖਿਓ, ਮੈਂ ਚੱਲਦੀ ਹਾਂ। ਠੀਕ ਹੈ ਜੀ। ਯੁਵਰਾਜ ਪੁੱਤਰ, ਮੈਂ ਤੇਰਾ ਜਿੰਨਾ ਵੀ ਧੰਨਵਾਦ ਕਰਾਂ ਓਨਾ ਹੀ ਘੱਟ ਆ। ਤੂੰ ਮੇਰੀ ਸਰਗੁਣ ਦਾ ਹਮੇਸ਼ਾ ਸਾਥ ਦਿੱਤਾ ਹੈ, ਤੇ ਮੈਂ ਇਹ ਵੀ ਜਾਣਨੀ ਆ ਤੇ ਅੱਗੇ ਵੀ ਜੇ ਲੋੜ ਪਏਗੀ ਤੂੰ ਮੇਰੀ ਧੀ ਦੇ ਨਾਲ ਹਮੇਸ਼ਾ ਖੜਾ ਰਹੇਗਾ। ਤੇ ਨਾਲੇ ਮੈਨੂੰ ਇਸ ਗੱਲ ਦਾ ਵੀ ਪੂਰਾ ਭਰੋਸਾ ਹੈ ਕਿ ਤੂੰ ਤੇ ਸਰਗੁਣ ਦੋਵੇਂ ਜਾਣੇ ਮਿਲ ਕੇ ਛੇਤੀ ਸਭ ਕੁਛ ਠੀਕ ਕਰ ਦੋਗੇ। ਮੈਂ ਚੱਲਦੀ ਹਾਂ। ਸਰਗੁਣ, ਨਾਲੇ ਪੁੱਤਰ ਇੱਕ ਗੱਲ ਹੋਰ। ਪੁੱਤਰ, ਕੱਲ੍ਹ ਸਾਨਵੀ ਦੀ ਵਿਦਾਈ ਆ, ਜੇ ਹੋ ਸਕੇ ਤੇ ਕੱਲ੍ਹ ਆ ਜੀ। ਪਰ ਜੇ ਤੈਨੂੰ ਲੱਗੇ ਨਾ ਇੱਥੇ ਤੇਰੀ ਜ਼ਿਆਦਾ ਲੋੜ ਹੈ ਤਾਂ ਤੂੰ ਫਿਕਰ ਨਾ ਕਰੀ, ਮੈਂ ਤੇ ਸੁਹਾਨੀ ਸਭ ਮਿਲ ਕੇ ਸਾਂਭਲਾਂਗੇ। ਚੰਗਾ, ਮੈਂ ਤੇ ਪੁੱਤਰ ਬਸ ਇਹ ਚਾਹੁੰਦੀ ਹਾਂ, ਜਿੱਦਾਂ ਚੰਦਰਾ ਭੈਣ ਜੀ ਨੇ ਸਾਨਵੀ ਨੂੰ ਅਪਣਾ ਲਿਆ, ਉੱਦਾਂ ਬੀਬੀ ਜੀ ਵੀ ਤੈਨੂੰ ਛੇਤੀ ਗਲੇ ਲਾ ਲੈਣ। ਚੱਲ ਚੰਗਾ, ਮੈਂ ਚੱਲਦੀ ਹਾਂ। ਰੁਕੋ ਮੰਮੀ ਜੀ, ਯੁਵਰਾਜ ਚਾਹ, ਤੂੰ ਮੰਮੀ ਜੀ ਨੂੰ ਛੱਡ ਕੇ ਆ ਜਾ। ਨਹੀਂ ਨਹੀਂ ਪੁੱਤਰ, ਇਹਦੀ ਲੋੜ ਨਹੀਂ, ਮੈਂ ਚਲੀ ਜਾਵਾਂਗੀ, ਤੂੰ ਇੱਥੇ ਹੀ ਰਹਿ। ਨਹੀਂ ਮੰਮੀ ਜੀ, ਇਸ ਵੇਲੇ ਤੁਸੀਂ ਇਕੱਲੇ ਨਾ ਜਾਓ, ਮੈਂ ਤੁਹਾਨੂੰ ਛੱਡ ਦੇਣਾ। ਚੱਲ ਚੰਗਾ। ਮੇਰੇ ਪੁੱਤਰ ਦੀ ਤਬੀਅਤ ਕਿਸ ਤਰ੍ਹਾਂ? ਮੈਂ ਨਾ ਹੁਣ ਬਿਲਕੁਲ ਠੀਕ ਹਾਂ। ਕਦੇ ਘੋੜੇ ਵੇਚ ਕੇ ਨਾ ਆਰਾਮ ਨਾਲ ਮੈਂ ਆਪਣੀ ਨੀਂਦ ਪੂਰੀ ਕੀਤੀ ਹੈ, ਨਾਲੇ ਸਭ ਕੁਛ ਨਾ ਪਲਾਨ ਦੇ ਮੁਤਾਬਿਕ ਹੀ ਹੋ ਰਿਹਾ ਹੈ। ਕੀ ਜ਼ਬਰਦਸਤ ਸ਼ਾਟ ਮਾਰਿਆ ਤੂੰ ਪੁੱਤਰ, ਤੂੰ ਤਾਂ ਗੋਲੀ ਖਾਣ ਤੇ ਬਾਅਦ ਵੀ ਪੁੱਤਰ ਹਰਜਿੰਦਰ ਦਾ ਸਾਥ ਦਿੱਤਾ ਤੇ ਉਹਨੂੰ ਜੇਲ੍ਹ ਜਾਣ ਤੋਂ ਵੀ ਬਚਾਏ, ਤੂੰ ਤਾਂ ਛਾ ਗਈ ਹੈ ਪੁੱਤਰ। ਇਹ ਪਿਆਰ ਨਾ ਮੰਮੀ ਚੀਜ਼ ਹੀ ਇੱਦਾਂ ਦੀ ਹੈ, ਸਭ ਕਰਵਾ ਦਿੰਦੀ ਹੈ। ਵੈਸੇ ਵੀ ਇਹ ਸਭ ਕੁਛ ਮੈਂ ਯੁਵਰਾਜ ਦੇ ਨੇੜੇ ਰਹਿਣ ਨੂੰ ਤਾਂ ਕੀਤਾ, ਕੁਛ ਵੀ ਹੋ ਜਾਵੇ ਹੁਣ ਯੁਵਰਾਜ ਨੂੰ ਪਾਣਾ
ਮੇਰੀ ਸਿੱਧ ਹੈ। ਯੁਵਰਾਜ ਨੂੰ ਮੈਂ ਆਪਣਾ ਬਣਾ ਕੇ ਰਵਾਂਗੀ। ਉਹ ਸਭ ਤਾਂ ਠੀਕ ਹੈ ਪੁੱਤ, ਪਰ ਇੰਨਾ ਸਭ ਹੋਣ ਦੇ ਬਾਵਜੂਦ ਵੀ ਕਿ ਸਰਗੁਣ ਤੈਨੂੰ ਉਸ ਘਰ ਵਿੱਚ ਰਹਿਣ ਦੇਗੀ? ਉਹ ਤਾਂ ਦੋਵੇਂ ਇੱਕ ਹੋ ਗਏ ਨੇ ਪੁੱਤਰ। ਮੰਮੀ, ਮੈਂ ਜਾਣਦੀ ਹਾਂ ਸਰਗੁਣ ਮੈਨੂੰ ਉਸ ਘਰ 'ਚ ਨਹੀਂ ਜਾਂਦੀ, ਪਰ ਉਸ ਘਰ 'ਚ ਨਾ ਅੱਧਾ ਵੀ ਨਾ ਹਰਜਿੰਦਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਹਿਲਦਾ। ਅਤੇ ਮੈਨੂੰ ਚੰਗੀ ਤਰ੍ਹਾਂ ਪਤਾ ਸਰਗੁਣ ਮੈਨੂੰ ਉਸ ਘਰ ਦੇ ਅੰਦਰ ਨਹੀਂ ਆਉਣ ਦੇਣਾ ਚਾਹੁੰਦੀ, ਪਰ ਇਸ ਗੱਲ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਦੇਖਿਓ, ਕੱਲ੍ਹ ਹਰਜਿੰਦਰ ਮੈਨੂੰ ਆਪ ਘਰ ਦੇ ਅੰਦਰ ਲੈ ਕੇ ਜਾਓਗੀ, ਬਸ ਤੁਸੀਂ ਮੇਰਾ ਦੁਲਹਨ ਦਾ ਜੋੜਾ ਵਾਪਿਸ ਲੈ ਆਓ। ਮੈਂ ਦੁਲਹਨ ਬਣ ਕੇ ਘਰੋਂ ਨਿਕਲੀ ਸੀ ਨਾ, ਦੁਲਹਨ ਬਣ ਕੇ ਹੀ ਘਰ ਦੇ ਅੰਦਰ ਵਾਪਸ ਜਾਵਾਂਗੀ। ਕਿੱਦਾਂ ਦੀ ਮਨਹੂਸ ਸ਼ਾਮ ਹੈ, ਹਮੇਸ਼ਾ ਕਿੰਨੀ ਚਹਿਲ ਪਹਿਲ ਰਹਿੰਦੀ ਹੈ ਇੱਥੇ, ਤੇ ਅੱਜ ਇਹ ਚੁੱਪੀ ਖਾ ਰਹੀ ਹੈ। ਅੱਜ ਘਰ ਕਿਸੇ ਨੇ ਵੀ ਰੋਟੀ ਨਹੀਂ ਖਾਧੀ, ਪਰ ਰੂਪ ਦੀਦੀ ਦਾ ਖਾਣਾ ਖਾਣਾ ਬੜਾ ਜ਼ਰੂਰੀ ਹੈ। ਚੁੰਕੀ, ਰੋਟੀ ਬਣ ਗਈ? ਹਾਂਜੀ ਬਣ ਗਈ। ਰੂਪ ਦੀ ਚਲੋ ਰੋਟੀ ਖਾ ਲਓ ਤੁਸੀਂ। ਨਹੀਂ ਸਰਗੁਣ, ਮੈਂ ਨਹੀਂ ਖਾਣੀ। ਜਦ ਤੱਕ ਮੰਮੀ ਨਹੀਂ ਨਾ ਖਾ ਲੈਂਦੇ, ਮੈਂ ਵੀ ਨਹੀਂ ਖਾਵਾਂਗੀ। ਰੋਟੀ ਆਪਣੇ ਬਾਰੇ ਨਾ ਸੀ, ਪਰ ਆਪਣੇ ਬੱਚੇ ਬਾਰੇ ਤਾਂ ਸੋਚੋ, ਇਹਦੇ ਵਾਸਤੇ ਤਾਂ ਰੋਟੀ ਖਾ ਲਓ ਤੁਸੀਂ। ਮੈਂ ਵੀ ਮੰਮੀ ਦੀ ਧੀ ਹਾਂ, ਜੇ ਉਹਨਾਂ ਨੂੰ ਗੁੱਸਾ ਹੈ ਨਾ ਤਾਂ ਮੇਰੀ ਵੀ ਜ਼ਿੱਦ ਆ, ਮੈਂ ਵੀ ਨਹੀਂ ਖਾਵਾਂਗੀ। ਉਹ ਗੱਲ ਕਿੱਥੋਂ ਦੀ ਕਿੱਥੇ ਤੱਕ ਪਹੁੰਚ ਗਈ ਹੈ। ਇੱਥੇ ਤਾਂ ਰੂਪ ਦੀਦੀ ਭੁੱਖੇ ਰਹਿ ਜਾਣਗੇ, ਤੇ ਇੰਨੇ ਟਾਈਮ ਤੱਕ ਭੁੱਖੇ ਰਹਿਣਾ ਉਹਨਾਂ ਦੇ ਬੱਚੇ ਲਈ ਬਿਲਕੁਲ ਵੀ ਠੀਕ ਨਹੀਂ ਹੈ। ਮੈਨੂੰ ਇੱਕ ਵਾਰ ਬੀਬੀ ਜੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸੱਚੀ ਜਿੰਨੀ ਤਾਰੀਫ ਕੀਤੀ ਜਾਏ
ਉਨੀ ਘੱਟ ਹੈ। ਗੁਣਾ ਦੀ ਖਾਨ ਹੈ ਹਰਲੀਨ, ਖਜ਼ਾਨਾ ਹੈ ਖਜ਼ਾਨਾ, ਬਦਨਸੀਬ ਤਾਂ ਯੂਵੀ ਹੈ ਜਿਹੜਾ ਹਰਲੀਨ ਵਰਗੀ ਕੁੜੀ ਦੇ ਨਾਲ ਉਹਦਾ ਵਿਆਹ ਨਹੀਂ ਹੋ ਪਾ ਰਿਹਾ। ਅੱਜ ਹਰਲੀਨ ਦਾ ਵਿਆਹ ਇੱਕ ਵਾਰ ਫਿਰ ਤੋਂ ਟੁੱਟ ਗਿਆ। ਉੱਤੋਂ ਮੇਰੇ ਹੱਥੋਂ ਉਹਦੇ ਤੇ ਗੋਲੀ ਵੀ ਚੱਲ ਗਈ, ਪਰ ਉਸ ਕੁੜੀ ਨੇ ਮੈਨੂੰ ਕੋਈ ਤਕਲੀਫ ਨਾ ਦੇ ਕੇ ਮੈਨੂੰ ਮਾਫ ਕਰ ਦਿੱਤਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਹਰਲੀਨ ਦਾ ਦਿਲ ਇੰਨਾ ਵੱਡਾ ਹੋਏਗਾ। ਜਦ ਮੇਰੇ ਆਪਣਿਆਂ ਨੇ ਮੈਨੂੰ ਧੋਖਾ ਦਿੱਤਾ, ਉਦੋਂ ਇੱਕ ਪਰਾਈ ਕੁੜੀ ਨੇ ਮੇਰਾ ਸਾਥ ਦਿੱਤਾ, ਤੇ ਇਹ ਗੱਲ ਮੈਂ ਮਰਦੇ ਦਮ ਤੱਕ ਨਹੀਂ ਭੁੱਲਾਂਗੀ। ਪਰ ਹੁਣ ਜਦੋਂ ਮੈਨੂੰ ਸਵਾਲ ਕਰੇਗੀ ਤਾਂ ਮੈਂ ਉਹਨੂੰ ਕੀ ਜਵਾਬ ਦੇਵਾਂਗੀ? ਇਹ ਵਿਆਹ ਮੇਰੀ ਮਰਜ਼ੀ ਨਾਲ ਹੋ ਰਿਹਾ ਸੀ। ਮੈਂ ਜ਼ੁਬਾਨ ਦਿੱਤੀ ਸੀ ਕਿ ਇਹ ਵਿਆਹ ਹੋ ਕੇ ਰਹੇਗਾ, ਪਰ ਸਰਗੁਣ ਕਰਕੇ ਫਿਰ ਉਹਦਾ ਵਿਆਹ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਉਸ ਘਟੀਆ ਕੁੜੀ ਦੇ ਚੱਕਰ 'ਚ ਆ ਕੇ ਰੂਪ ਨੇ ਵੀ ਮੈਨੂੰ ਧੋਖਾ ਦੇ ਦਿੱਤਾ। ਬੀਬੀ ਜੀ ਆ ਲਓ ਰੋਟੀ ਖਾ ਲਓ। ਚਲੋ ਚੰਗਾ, ਮੇਰੇ ਕਹਿਣ ਤੋਂ ਪਹਿਲਾਂ ਹੀ ਤੁਸੀਂ ਆਪ ਤਿਆਰ ਹੋ ਗਏ ਰੋਟੀ ਖਾਣ ਵਾਸਤੇ। ਕੁਛ ਨਹੀਂ ਹੁੰਦਾ ਇਹਨੂੰ, ਸਾਨੂੰ ਸਭ ਨੂੰ ਮਾਰ ਕੇ ਮਰੇਗੀ। ਤੂੰ ਵੈਸੇ ਇਸ ਘਰ 'ਚ ਰੁਕੀ ਕਿਉਂ ਹੀ? ਜਦ ਤੂੰ ਸਾਡਾ ਖਾਣਾ ਪੀਣਾ ਜੀਣਾ ਸਭ ਹਰਾਮ ਕਰ ਦਿੱਤਾ, ਇੱਥੇ ਸਾਡਾ ਤਮਾਸ਼ਾ ਦੇਖਣ ਵਾਸਤੇ ਰੁਕੀ ਹੈ ਤੂੰ? ਜੇ ਤੈਨੂੰ ਮਾੜੀ ਜਿਹੀ ਵੀ ਸ਼ਰਮ ਹੈ ਨਾ, ਤਾਂ ਅੱਜ ਹੀ ਆਪਣੀ ਮਾਂ ਦੇ ਘਰ ਦਫਾ ਹੋ ਜਾ। ਇਹ ਤਾਂ ਵਿਚਾਰੀ ਤੁਹਾਡੇ ਲਈ ਖਾਣਾ ਲੈ ਕੇ ਆਈ ਸੀ। ਨਹੀਂ ਚਾਹੀਦਾ ਮੈਨੂੰ ਇਹ ਝੂਠਾ ਖਾਣਾ ਤਾਂ ਝੂਠੀ ਹੁੰਦਾ ਸੀ। ਮੇਰੀ ਸਾਰੀ ਮੁਸੀਬਤ ਦੀ ਜੜ ਤਾਂ ਤੂੰ ਹੈ ਸਰਗੁਣ। ਜਿਸ ਦਿਨ ਦੀ ਤੂੰ ਯੂਵੀ ਨਾਲ ਵਿਆਹ ਕਰਕੇ ਇਸ ਘਰ 'ਚ ਆਈ ਹੈ, ਮੇਰੇ ਘਰ ਦੀਆਂ ਅਤੇ ਘਰ ਵਾਲਿਆਂ ਦੀ ਖੁਸ਼ੀਆਂ ਨੂੰ ਕਹਿਣ ਲੱਗ ਗਿਆ। ਕਾਸ਼ ਉਸ ਦਿਨ ਯੂਵੀ ਅਤੇ ਹਰਲੀਨ ਦਾ ਵਿਆਹ ਹੋ ਜਾਂਦਾ ਤਾਂ ਮੈਨੂੰ ਇਹ ਦਿਨ ਤੇ ਨਾ ਦੇਖਣਾ ਪੈਂਦਾ। ਤੈਨੂੰ ਲੱਗਿਆ ਹੋਏਗਾ ਕਿ ਤੂੰ ਮੇਰੀ ਧੀ ਰੂਪ ਦੀ ਪ੍ਰੈਗਨੈਂਸੀ ਨੂੰ ਮੇਰੇ ਤੋਂ ਲੁਕਾ ਕੇ ਬਹੁਤ ਮਹਾਨ ਕੰਮ ਕੀਤਾ।
ਤੇ ਮੈਂ ਤੈਨੂੰ ਇਸ ਦੇ ਲਈ ਸ਼ਾਬਾਸ਼ੀ ਦੇਵਾਂਗੀ, ਹੈ ਨਾ? ਪਰ ਤੂੰ ਇੱਥੇ ਗਲਤ ਹੈ, ਕਿਉਂਕਿ ਇਹ ਗੱਲ ਤੂੰ ਮੇਰੇ ਤੋਂ ਲੁਕੋ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਮੇਰੇ ਦੁਸ਼ਮਣ ਦਾ ਵਾਰਿਸ ਮੇਰੀ ਧੀ ਦੀ ਕੁੱਖ ਵਿੱਚ ਪਲ ਰਿਹਾ, ਉਹ ਵੀ ਤੇਰੇ ਕਰਕੇ, ਸਿਰਫ ਤੇਰੇ ਕਰਕੇ। ਸਗੋਂ ਇਸ ਗਲਤੀ ਦੇ ਲਈ ਮੈਂ ਤੈਨੂੰ ਸਾਰੀ ਉਮਰ ਮਾਫ ਨਹੀਂ ਕਰਾਂਗੀ, ਸਮਝੀ? ਦੂਰ ਹੋ ਜਾ ਮੇਰੀ ਨਜ਼ਰਾਂ ਤੋਂ ਤੇ ਸ਼ਕਲ ਨਾ ਵਿਖਾਈ ਮੈਨੂੰ ਆਪਣੀ, ਚੜ ਜਾ ਇੱਥੋਂ। ਧੀ ਧੀ ਹੀ ਰਹੇਂਗੀ, ਇੱਕ ਵਾਰ ਕਹੀ ਹੋਈ ਗੱਲ ਤੈਨੂੰ ਸਮਝ ਨਹੀਂ ਆਉਣੀ। ਨਿਕਲ ਨਿਕਲ ਚੱਲ ਮੰਮੀ, ਚੱਲ ਨਿਕਲ ਮੰਮੀ, ਛੱਡੋ ਤੁਸੀਂ ਮੰਮੀ, ਅਸੀਂ ਚਲੇ ਜਾਵਾਂਗੇ। ਆਵੇ ਤੇਰੇ ਅੱਗੇ ਹੱਥ ਜੋੜੇ, ਹੁਣ ਮੇਰਾ ਘਰ ਬਰਬਾਦ ਨਾ ਕਰ, ਚਲੀ ਜਾ। ਤੇ ਤੂੰ ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਧੱਕੇ ਮਾਰ ਕੇ ਇੱਥੋਂ ਬਾਹਰ ਕੱਢਾਂ, ਲੈ ਜਾ ਆਪਣੀ ਇਸ ਝੂਠੀ ਸਾਥੀ ਨੂੰ ਆਪਣੇ ਨਾਲ, ਤੇ ਨਿਕਲ ਜਾ ਤੂੰ ਵੀ ਇੱਥੋਂ। ਮੰਮੀ ਵੱਲੋਂ ਮੈਂ ਤੇਰੇ ਤੋਂ ਮਾਫ਼ੀ ਮੰਗਦੀ ਹਾਂ ਸਰਗੋ, ਪਤਾ ਨਹੀਂ ਉਹਨਾਂ ਨੂੰ ਅੱਜ ਕੱਲ੍ਹ ਕੀ ਹੋ ਗਿਆ ਆ, ਉਹ ਪਹਿਲਾਂ ਇੱਦਾਂ ਦੇ ਬਿਲਕੁਲ ਨਹੀਂ ਸੀਗੇ। ਇਹ ਹਰਲੀਨ ਨੇ ਨਾ ਮੰਮੀ ਦੇ ਕੰਨ ਭਰ ਭਰ ਕੇ ਉਹਨਾਂ ਦੇ ਅੰਦਰ ਜ਼ਹਿਰ ਪੈਦਾ ਕਰ ਦਿੱਤਾ ਆ, ਨਹੀਂ ਤਾਂ ਉਹ ਇੱਦਾਂ ਕਿਸੇ ਦੀ ਇਨਸਲਟ ਨਹੀਂ ਕਰਦੇ ਸੀਗੇ। ਨਹੀਂ ਰੂਪ ਜੀ, ਮੈਂ ਉਹਨਾਂ ਦੇ ਦੁੱਖ ਦੀ ਨਫ਼ਸ 'ਤੇ ਹੱਥ ਰੱਖਿਆ, ਤੁਸੀਂ ਤਾਂ ਜਾਣਦੇ ਹੋ ਉਹ ਨਹੀਂ ਸੀ ਚਾਹੁੰਦੇ ਕਿ ਤੁਹਾਡਾ ਤੇ ਹਰਮਨਵੀਰ ਜੀ ਦਾ ਕੋਈ ਵੀ ਵਾਹ ਵਾਸਤਾ ਹੋਵੇ, ਤੇ ਮੈਂ ਕੀ ਕੀਤਾ? ਮੈਂ ਤਾਂ ਤੁਹਾਡੇ ਦੋਵਾਂ ਦਾ ਬੱਚਾ ਬਚਾਉਣ 'ਚ ਤੁਹਾਡੀ ਪੂਰੀ ਪੂਰੀ ਮਦਦ ਕੀਤੀ ਹੈ, ਇਸ ਕਰਕੇ ਉਹਨਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ, ਉਹ ਕਿ ਜਲਦੀ ਠੰਡਾ ਨਹੀਂ ਹੋਏਗਾ। ਆਪਣੀ ਜਗ੍ਹਾ ਬਿਲਕੁਲ ਸਹੀ ਨੇ। ਸਰਗੁਣ, ਮੈਨੂੰ ਲੱਗਿਆ ਸੀ ਕਿ ਘੱਟੋ ਘੱਟ ਹੁਣ ਤੇਰੀਆਂ ਸਾਰੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ, ਪਰ ਨਹੀਂ, ਮੇਰੇ ਕਰਕੇ ਸਭ ਕੁਝ ਬਰਬਾਦ ਹੋ ਗਿਆ। ਮੈਂ ਕਿਹਾ ਸੀਗਾ ਨਾ ਕਿ ਮੰਮੀ ਮੈਨੂੰ ਕਦੇ ਮਾਫ਼ ਨਹੀਂ ਕਰਨਗੇ, ਇਸ ਕਰਕੇ ਤਾਂ ਮੈਂ ਅਬੋਰਸ਼ਨ ਕਰਵਾਉਣਾ ਚਾਹੁੰਦੀ ਸੀ। ਕਿਉਂ ਤੂੰ ਮੈਨੂੰ ਇਸ ਬੱਚੇ ਨੂੰ ਰੱਖਣ ਲਈ ਮਜਬੂਰ ਕੀਤਾ? ਨਾ ਇਹ ਬੱਚਾ ਮੇਰੇ ਪੇਟ 'ਚ ਹੁੰਦਾ ਅਤੇ ਨਾ ਅੱਜ ਇਸ ਪਰਿਵਾਰ ਨੂੰ ਇਹ ਸਭ ਕੁਝ ਦੇਖਣਾ ਪੈਂਦਾ। ਉਹ ਰੂਪ ਦੀ, ਤੁਸੀਂ ਫਿਰ ਤੋਂ ਸ਼ੁਰੂ ਹੋ ਗਏ, ਨਾਲੇ ਤੁਹਾਨੂੰ ਪਤਾ ਹੁਣ ਤੱਕ ਜੋ ਕੁਛ ਵੀ ਹੋਇਆ ਉਸ ਤੋਂ ਬਾਅਦ ਤਾਂ ਇਹ ਬੱਚਾ
ਇਸ ਦੁਨੀਆਂ 'ਚ ਆਉਣ ਦਾ ਹੋਰ ਹੱਕਦਾਰ ਬਣ ਗਿਆ। ਤੁਸੀਂ ਪਲੀਜ਼ ਇੱਦਾਂ ਨਾ ਸੋਚੋ, ਇਹਦੇ 'ਚ ਤੁਹਾਡੀ ਕੋਈ ਗਲਤੀ ਨਹੀਂ ਹੈ। ਚਲੋ ਇੱਧਰ ਆਓ, ਬੈਠੋ। ਧਿਆਨ ਨਾਲ ਪੋਤੇ, ਮੈਨੂੰ ਬੀਬੀ ਜੀ ਦੀਆਂ ਗੱਲਾਂ ਦਾ ਬਿਲਕੁਲ ਵੀ ਬੁਰਾ ਨਹੀਂ ਲੱਗਿਆ, ਕਿਉਂਕਿ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦੀ ਨਾ ਤਾਂ ਮੈਂ ਵੀ ਇੱਦਾਂ ਹੀ ਰਿਐਕਟ ਕਰਨਾ ਸੀ ਜਿੱਦਾਂ ਕਿ ਉਹਨਾਂ ਨੇ ਕੀਤਾ। ਨਾਲੇ ਜੋ ਮਰਜ਼ੀ ਹੋਵੇ, ਆਪਾਂ ਦੋਵਾਂ ਨੇ ਉਹਨਾਂ ਦਾ ਦਿਲ ਤਾਂ ਦੁਖਾਇਆ ਹੀ ਹੈ ਨਾ, ਉਹਨਾਂ ਦਾ ਭਰੋਸਾ ਤਾਂ ਤੋੜਿਆ ਹੀ ਹੈ ਨਾ। ਜਿਸ ਔਰਤ ਨੇ ਇੰਨੀ ਮਿਹਨਤ ਦੇ ਨਾਲ ਇਸ ਘਰ ਦੀ ਇੱਕ ਇੱਕ ਇੱਟ ਤੇ ਰਿਸ਼ਤੇ ਨੂੰ ਜੋੜਿਆ ਹੋਵੇ, ਉਸੇ ਔਰਤ ਦਾ ਭਰੋਸਾ ਟੁੱਟਿਆ ਹੋਵੇ ਤਾਂ ਉਹਨਾਂ ਨੂੰ ਬੁਰਾ ਤਾਂ ਲੱਗਣਾ ਹੀ ਸੀਗਾ ਨਾ। ਤੇ ਸਾਨੂੰ ਉਹਨਾਂ ਦਾ ਭਰੋਸਾ ਜਿੱਤਣ ਦੇ ਲਈ ਥੋੜਾ ਟਾਈਮ ਤਾਂ ਲੱਗੇਗਾ ਹੀ, ਸਾਨੂੰ ਇਕੱਠਿਆਂ ਹੀ ਉਹਨਾਂ ਦਾ ਭਰੋਸਾ ਜਿੱਤਣਾ ਪਏਗਾ। ਨਾਲੇ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਮੈਂ ਆਪਣੀ ਮੰਮੀ ਜੀ ਦੇ ਨਾਲ ਨਾ ਵਾਅਦਾ ਕੀਤਾ ਕਿ ਮੈਂ ਬੀਬੀ ਜੀ ਨੂੰ ਜਿੰਨੀ ਦੇਰ ਤੱਕ ਮਨਾ ਨਹੀਂ ਲੈਂਦੀ ਨਾ ਕਿ ਉਹ ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਅਪਣਾ ਲੈਣ, ਉਨੀ ਦੇਰ ਤੱਕ ਮੈਂ ਇਸ ਘਰ ਤੋਂ ਕਿਤੇ ਨਹੀਂ ਜਾਵਾਂਗੀ, ਇੱਥੇ ਰਵਾਂਗੀ ਇਸ ਘਰ 'ਚ। ਮੇਰਾ ਭਰੋਸਾ ਰੱਖੋ ਤੁਸੀਂ। ਚਲੋ ਹੁਣ ਤੁਸੀਂ ਰੋਟੀ ਖਾ ਲਓ, ਆ ਜਾਓ। ਮੈਨੂੰ ਭੁੱਖ ਨਹੀਂ ਹੈਗੀ। ਰੂਪ ਦੀ ਹੁਣ ਇਹ ਕਿਹੜੀ ਜ਼ਿੱਦ ਹੋਈ, ਪਲੀਜ਼ ਰੋਟੀ ਖਾ ਲਓ ਨਾ। ਸਰਗੁਣ, ਅੱਜ ਮੰਮੀ ਨੇ ਮੇਰੇ ਕਰਕੇ ਕੁਛ ਨਹੀਂ ਖਾਧਾ, ਜੇ ਉਹ ਭੁੱਖੇ ਨੇ ਤਾਂ ਮੇਰੇ ਗਲੇ ਥੱਲੋਂ ਰੋਟੀ ਕਿੱਦਾਂ ਲੰਘ ਸਕਦੀ ਹੈ ਭਲਾ। ਤੁਸੀਂ ਆਪਣੇ ਬਾਰੇ ਨਹੀਂ ਸੋਚਣਾ ਤਾਂ ਨਾ ਸਹੀ, ਪਰ ਤੁਸੀਂ ਆਪਣੇ ਬੱਚੇ ਬਾਰੇ ਤਾਂ ਸੋਚੋ, ਉਹਦੇ ਲਈ ਤਾਂ ਰੋਟੀ ਖਾ ਲਓ ਘੱਟੋ ਘੱਟ। ਸਰਗੁਣ ਪਲੀਜ਼ ਮੇਰੇ ਨਾਲ ਜ਼ਬਰਦਸਤੀ ਨਾ ਕਰ, ਜਿਸ ਬੱਚੇ ਕਰਕੇ ਇਹ ਸਭ ਕੁਛ ਹੋਇਆ ਨਾ ਉਹ ਬੱਚਾ ਭੁੱਖਾ। ਬਸ ਦੀਦੀ ਬਸ, ਮੈਂ ਕੀ ਕਰਾਂ ਸਰਗੁਣ, ਮੈਂ ਕੀ ਕਰਾਂ, ਤੇ ਮੌਤ ਵੀ ਨਹੀਂ ਆ ਰਹੀ ਤੇ ਮੇਰੀ ਵੀ ਜ਼ਿੱਦ ਆ, ਜਦ ਤੱਕ ਮੰਮੀ ਕੁਛ ਖਾਣਗੇ ਨਹੀਂ ਨਾ ਮੈਂ ਵੀ ਉਦੋਂ ਤੱਕ ਭੁੱਖੀ ਰਵਾਂਗੀ। ਰਾਤ ਕੱਟਣੀ ਔਖੀ ਤਾਂ ਬਹੁਤ ਹੈ, ਪਰ ਉਮੀਦ ਇਹ ਕਰਦਾ ਕਿ ਸਵੇਰ ਛੇਤੀ ਹੋ ਜਾਏ।